ਆਪਾਂ ਪਹੁੰਚੇ ਅੱਜ ਪਿੰਡ ਸ਼੍ਰੀ ਵਾਲਾ ਜੀ ਅਤੇ ਕਣਕ ਦਾ ਏਰੀਆ ਇੱਧਰ ਗਿਆ ਪੱਕ ਅਤੇ ਬਾਈ ਕਹਿੰਦਾ ਵੀ ਆਪਾਂ ਵੱਢਣੇ ਆ 5-6 ਦਿਨ ਤੱਕ ਅਤੇ ਆਹ ਕਣਕ ਸਾਹਮਣੇ ਤਿਆਰ ਆ ਇੱਧਰ ਆਹ ਦੇਖੋ ਆ ਬਿਲਕੁਲ ਤਿਆਰ ਆ 5-6 ਦਿਨ ਤੱਕ ਆਪਾਂ ਨੇ ਮਸ਼ੀਨ ਲਾਉਣੀ ਆ ਇੱਥੇ ਅਤੇ ਇਹਨਾਂ ਨੇ ਫੋਨ ਕਰਕੇ ਬੁਲਾਇਆ ਵੀ ਆ ਕੇ ਕਣਕ ਵੇਖ ਲਿਆ ਕਰੀ ਬਾਈ ਕਿੰਨੇ ਦਿਨ ਨੂੰ ਆਪਾਂ ਵੱਢਣੀ ਕਣਕ ਅੱਜ ਦੇ ਬਾਅਦ ਵੱਢ ਦੇਣੀ ਅੱਜ ਦੇ ਵਾਰ ਨੂੰ ਅਤੇ ਕਣਕ ਥੋੜ੍ਹੀ ਹਰੀ ਨਹੀਂ ਲੱਗਦੀ ਕਿ ਹੋ ਜੂਗੀ ਤੁਹਾਨੂੰ ਬਹੁਤ ਕੁਛ ਹੋ ਜਾਣਾ ਤੇ ਦੂਜਾ ਜੇ ਉੱਤੋਂ ਮੌਸਮ ਸਹੀ ਰਿਹਾ ਫੇਰ ਹੀ ਹੋਣੀ 8 ਦਿਨ ਲੱਗੇ ਮੌਸਮ ਹੋ ਰਿਹਾ ਫੇਰ ਕੁਝ 4 ਦਿਨ ਵੱਧ ਲੈ ਜੂਗੀ ਇਹ ਬੀਜ ਕਿਹੜਾ ਲਾਇਆ ਜੀ 3086 ਆ 3086 ਵੇ ਡਿੱਗਾ ਨਹੀਂ ਤੇ ਜਿਹੜਾ ਇੱਥੇ ਕਿੰਨੇ ਕਿੱਲੇ ਜਿਹੜਾ ਆਪਣੇ ਖੜੋਪ ਨੇ ਇੱਥੇ ਆਪਣੇ ਕੋਲ 12 13 ਕਿੱਲੇ ਨਹੀਂ ਜਿਹੜੇ ਖੜੋਪ ਨੇ ਹਾਂ ਕਿ ਡਿੱਗੇ ਵਿੱਚ ਨੇ ਨਹੀਂ ਡਿੱਗੇ ਤੋਂ ਬਿਨਾ ਬਿਨਾ 12 13 ਖੜੇ ਆ ਤੇ ਬਾਕੀ ਡਿੱਗ ਪਏ ਸਾਰੇ ਹਾਂ ਬਾਕੀ ਡਿੱਗ ਪਏ 18-19 ਕਿੱਲੇ ਡਿੱਗ ਪਏ ਤੇ 12-13 ਕਿੱਲੇ ਕਹਿੰਦਾ ਖੜੇ ਆ ਤੇ ਬਾਕੀ ਕਣਕ ਦੇਖ ਲਓ ਤਿਆਰ ਹੀ ਆ ਤੇ ਆਪਾਂ 5-6 ਦਿਨ ਤਿਕਰਾਂ ਦਾ ਅੱਜ ਦੇ ਵਾਰ ਨੂੰ ਕਹਿੰਦਾ ਆਪਾਂ ਵੱਢਣੇ ਹਾਂ ਤੇ ਵੈਸੇ ਹੋ ਵੀ ਜਾਣੀ ਅੱਜ ਦੇ ਵਾਰ ਤਿਕਰ ਅਸੀਂ ਤਾਂ ਇਹਦੇ ਵੀ ਹਰੀ ਵੱਢਦੇ ਹੁੰਦੇ ਜਦੋਂ ਆਪਦੇ ਵੱਢਦੇ ਅਸੀਂ ਤੇ ਐਤਕੀ ਕਣਕ ਡਿੱਗ ਪਈ ਆ ਤੇ ਐਤਕੀ ਅਸੀਂ ਲੇਟ ਆਪਣਾ ਜੱਸੀ ਦਾ ਕਟਰ ਆ ਗਿਆ ਜੀ ਇੱਧਰ ਉੱਥੋਂ ਲੈ ਆਉਂਦਾ ਸੀ ਅਸੀਂ ਅਤੇ ਇਹਨੂੰ ਆਪਣੇ ਐਂਗਲ ਲਾਈ ਸੀ ਨਵੀਂ ਅਤੇ ਆ ਰਾਣੇ ਦਾ ਕੰਮ ਵੇਖੋ ਦਾਬ ਕਿੱਥੇ ਲਾ ਕੇ ਗਿਆ ਇਹ ਮੈਨੂੰ ਮੈਂ ਪੁੱਛਿਆ ਫਿੰਗਰਾਂ ਕੱਸੀਆਂ ਵੀ ਆਉਂਦਾ ਹਾਂ ਹਾਂ ਫਿੰਗਰ ਕੱਸਤੀਆਂ ਅਤੇ ਆ ਦਾਬ ਵੇਖੋ ਦੀ ਕਿੱਥੇ ਲੱਗੀ ਹੈ ਜਿੱਥੇ ਉਹ ਚੱਲਣਾ ਹੈੱਡ ਇੱਥੇ ਦਾਬਾਂ ਚੱਲਦੀਆਂ ਨੇ ਰਾਣੇ ਨੂੰ ਉਹਨਾਂ ਦਾ ਮੈਂ ਹੀ ਪੁੱਛੀਦਾ ਰਾਣੇ ਨੇ ਵੀ ਤੂੰ ਡਰਾਈਵਰ ਬਣ ਜਾਏਗਾ ਕਿ ਨਹੀਂ ਸੀਜ਼ਨ ਵਿੱਚ ਉਹਦਾ ਤੂੰ ਟੈਨਸ਼ਨ ਨਾ ਲੈ ਬਸ ਮੈਂ ਅਸੀਂ ਵੀ ਟੈਨਸ਼ਨ ਕਿਉਂ ਲਈ ਤੂੰ ਕੰਮ ਤਾਂ ਟੈਨਸ਼ਨ ਨਾਲ ਕੀਤੀ ਖੜਾ ਵੀ ਤੂੰ ਟੈਨਸ਼ਨ ਨਾ ਲੈ ਬਸ ਮੈਂ ਜਾਣੇ ਮੇਰਾ ਕੰਮ ਜਾਣੇ ਬਾਕੀ ਆਪਾਂ ਆਹ ਮਸ਼ੀਨਾਂ ਦੋਨੇ ਲਾ ਤੀਆਂ ਅੰਦਰ ਸ਼ੈੱਡ 'ਚ 12-6 ਕਰਤੀ ਆ ਬਾਹਰ ਅਤੇ ਇਹਦਾ ਅਤੇ ਉਹਦਾ ਜੱਸੀ ਮਸ਼ੀਨ ਦਾ ਅਤੇ ਇਹਦਾ 1.5 ਫੁੱਟ ਦਾ ਫਰਕ ਆ ਜੀ 1.5 ਫੁੱਟ ਉੱਚੀ ਆ ਜੱਸੀ ਮਸ਼ੀਨ ਇਹ ਮਸ਼ੀਨ ਨਾਲੋਂ ਇੰਨਾ ਫਾਸਲਾ ਇਹਨਾਂ ਦਾ ਜਿਵੇਂ ਹੁਣ ਆਪਾਂ ਨੂੰ ਐਂਗਲ ਨਵੀਂ ਲਾਈ ਆ ਅਤੇ ਆਹ ਫਿੰਗਰ ਆਪਣੀ ਨੀਵੀਂ ਆ ਇਹਦਾ ਕਾਰਨ ਇਹੀ ਆ ਵੀ ਆਹ ਥੋੜ੍ਹੀ ਜਿਹੀ ਆਪਾਂ ਨੂੰ ਐਂਗਲ ਰਗੜਨੀ ਪਊਗੀ ਇੱਥੋਂ ਕਿਉਂਕਿ ਆਹ ਚੀਜ਼ ਨਾਲ ਫਸੀ ਪਈ ਆ ਅਤੇ ਇਹ ਫਿੰਗਰ ਹੈ ਵਿੱਚੋਂ ਹੈਗੀਆਂ ਨੇ 1-2 ਹੈਗੀਆਂ ਨੇ ਬਾਕੀ ਤਕਰੀਬਨ ਸਹੀ ਆ ਇਹਦੇ ਹਿਸਾਬ ਨਾਲ ਆਹ 2 ਹੀ ਆ ਜੀ ਆਹ ਵਾਲੀਆਂ ਆਹ ਦੋਨੇ ਫਸੀਆਂ ਪਈਆਂ ਨੇ ਬਾਕੀ ਤਕਰੀਬਨ ਸਹੀ ਆ ਆਪਣੇ ਲੈਵਲ 'ਚ ਆਪਾਂ ਜੀ ਆਹ 2 ਫਿੰਗਰਾਂ ਥੱਲੇ ਨੇ ਇੱਥੋਂ ਆਪਾਂ ਨੂੰ ਕਸਾਈ ਕਰਨੀ ਪੈਣੀ ਇੰਨੀ ਇਹ ਐਂਗਲ ਆਪਾਂ ਨੂੰ ਨਵੀਂ ਪਾਈ ਸੀ ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਸੱਲ 'ਚ ਫਰਕ ਪੈ ਗਿਆ ਇਹ ਹੁਣ ਤੁਹਾਨੂੰ ਵਿਖਾਵਾਂਗੇ ਕਿਸੇ ਵੀਰ ਨਾਲ ਹੋਰ ਵੀ ਹੋਵੇ ਤਾਂ ਇਹਦਾ ਹੱਲ ਹੋ ਜਾਂਦਾ ਅੱਗੋਂ ਥੋੜ੍ਹੀ ਜਿਹੀ ਐਂਗਲ ਰਗੜਨੀ ਪੈਂਦੀ ਆ ਅਤੇ ਹੁਣ ਖੋਲ੍ਹਦੇ ਹਾਂ ਫਿਰ ਸਾੜਿਆ ਵੀ ਕਿੰਨੇ ਡਿੱਗਦਾ ਇੱਧਰ ਆਹ 2 ਫਿੰਗਰਾਂ ਨੇ ਜੀ ਫਾਲਟ ਵੀ ਦੱਸਣਾ ਹੈ ਕਾਲਾ ਕੁ ਪੈਣਾ ਹੈ ਰਾਣਾ ਉਹਦੇ ਨੂੰ ਫਿਕਰ ਲਾ ਕੇ ਗਿਆ ਚਲਾ ਵੀ ਬਸ ਸਹੀ ਹੋ ਗਈ ਰਾਣਾ ਡਰਾਈਵਰ ਬਣ ਜਾ ਨਹੀਂ ਆ ਪਿਆ ਜੀ ਗਰੈਂਡਰ ਤੇ ਆਪਾਂ ਨੂੰ ਆ ਚੀਜ਼ ਰਗੜਨੀ ਪੈਣੀ ਇੱਥੋਂ ਅਤੇ ਇੱਥੋਂ ਹੈਗਾ 2 ਫਿੰਗਰਾਂ ਦੇ ਬਾਕੀ ਸਾਰੀਆਂ ਫਿੰਗਰਾਂ ਇੱਕ ਲੈਵਲ 'ਚ ਹੀ ਆ ਆਹ ਦੇਖੋ ਬਾਕੀ ਟੋਟਲ ਫਿੰਗਰਾਂ ਇੱਕ ਲੈਵਲ 'ਚ ਨੇ 2 ਫਿੰਗਰਾਂ ਹੈਗੀਆਂ ਅਤੇ ਆਹ ਜੇ ਕੱਸਣ ਵਾਲੀ ਆ ਅਤੇ ਹੁਣ ਆਪਾਂ ਰਗੜ ਕੇ ਅਤੇ ਇਹਨਾਂ ਫਿੰਗਰਾਂ ਦੀ ਸੈਟਿੰਗ ਕਰਾਂਗੇ ਫਿੰਗਰਾਂ ਥੱਲੇ ਰਹਿ ਜਾਂਦੇ ਸੀ ਇਹ ਬਾਕੀ ਇਹਦਾ ਇੱਕ ਇਲਾਜ ਹੋਰ ਵੀ ਹੈਗਾ ਇਹਦੇ ਵਿੱਚ ਵਾਸ਼ਲਾਂ ਵੀ ਪੈ ਜਾਂਦੇ ਨੇ ਅੱਗੇ ਪਿੱਛੇ ਜੇਕਰ ਫਿੰਗਰ ਵੱਧ ਘੱਟ ਹੋਵੇ ਨਾ ਥੱਲਿਓ ਤਾਂ ਇੱਥੇ ਵਾਸ਼ਲਾਂ ਵੀ ਪੈ ਜਾਂਦੀਆਂ ਨੇ ਉਹਦੇ ਨਾਲ ਤੁਸੀਂ ਸੈਟਿੰਗ ਕਰ ਸਕਦੇ ਬਾਕੀ ਆਪਣੇ ਤਾਂ ਸੱਲਾਂ ਦਾ ਫਰਕ ਨਾ ਆ ਥੋੜ੍ਹਾ ਥੋੜ੍ਹਾ ਰਗੜਨਾ ਪਊਗਾ ਇੰਨੀ ਕੁ ਅਤੇ ਸੈੱਟ ਹੋ ਜੂਗੀ
आ हो गई फिंगर ठीक है। इहदा वाशर का मसला फिंगर च नहीं कोई कंप्लीट हैगी, ये पिछे अपन वाशर रखनी पैनी है फिर सैट होगी। एक हो गई है जी, पत्तियां भी रख सकते बिच आप, हूँ एक उधर रखती है, हूँ ए सैट रखनी है पिछले पास रखेगी ये, तो अगू फिंगर चेक होगी। हूँ अपन कसद ये गल नहीं बनी, हूँ अपन थोड़ी जी मोटी वाशर रखनी पेगी क्योंकि ये फिंगर ये होर कंपनी की आ, फिंगर आ होर की आ, अलग होर कंपनी की आ होर की आ, ये करके आ फर्क पा रही है। थोड़ा जहा अपन मोटी चीज़ रखनी पेगी, तकरीबन सही हो गई है ये जो प्ले हैगी आवाज़ आँदी आ, ये प्ले कटनी है, ये कटनी बहुत जरूरी आ क्योंकि अभी कणक ने डिगिया तो ये चीज़ ने गर्म बहुत होया करना। तो अपने एक बैरंगा ढिला अगले पर ग्रीस नहीं जाता, अपने कंपनी वाले एक एक डब बैरंगा होता, अपने डबल डबल किए इन्हें आ देखो दो दो ला दे क्योंकि ये नाल होर भी पकड़ हो जाती है क्योंकि शाफ्ट इधर उधर नहीं होंगी। फिर जे ये चीज़ आप डबल ला दी तो बाकी ये पटे पुटे भी पाने, पटे भी पैन वाले आ बहुत ढिले हुए पे क्योंकि बासपति चलती रही मशीन। दूजी गल आ भी आप हूँ टायर पटना एक पंचर आंडे है इन्दे, टायर आप घरे पट के वेखद कोशिश करके शायद अपने को पट हो जाए, तो पट के फिर पंचर लुआ के लवेंगे उतों। बाकी अपना कटर का ब्लेड रह गया पाने वाला, फिंगर हो गए कंप्लीट, कसाई रह गई माड़ी मोटी करने वाली, बैरंग पट्टा टाइम कला बैरंग जरूर पट के देख लिया करो क्योंकि कणक का सीजन आता, तो इन पटना बहुत जरूरी है। बहुत जाम सी आ देखो, इन्ना कोई जाम सी कि हाथ ना तो पुली गिड़ती नहीं, पर हम बैरंग च फल डक इन खोला खोल के देखा। अजय ये अपने ब्लेट भी नहीं पाया आ देख लो, तो फिर भी यह इन्ना जाम आ, फिर भी यह इन्ना जाम आ कि हाथ ना नहीं गिड़ता, तो आ राड़ ना गिरना पैंता सानू। ये हूँ ये वेखना भी इन्हें फाल्ट की आख कि टाइट आखो, कोई वजह करके ये टाइट आ, तो ये जरूर अं हूँ देखा भी कहदे कारण की चक्कर की है, इनू प्लेट भी खोलनी पेगी, खोल के देखते हैं टाइट बहुत क्योंकि बासपति सीजन लाया अपने, तो कनिया भी थोड़ी थोड़ी पैदा पे देखो, मौसम भी खराब है। कैश चाबी का फायदा बहुत है, आ जी चाबी आ नट मिनटों मिनट खोल देंगी, दूजे पानी नाल पहुंची आ बजी का खोल खोल के हूँ आप थानू ये बारे पूरी जानकारी देंगे क्यों ये वैर हों बिच कणक का सीजन है, इनू जरूर देखो। इन्ना टायर ही है कटर जान नहीं अल्ला, मैं हजे तो ब्लेट ही नहीं पाया थे हारे बैरन वे ली कर थले कर पराली निकली है इधर, सड़ सड़ के पराली निकली है इधर, चल नहीं टायर हो जाती है देख लो कि आ लाया पाया
ਇਹ ਘੁੰਮਣ ਹੀ ਨਹੀਂ ਦਿੰਦਾ ਸੀ ਇਹਨੂੰ। ਉਹਨੂੰ ਦੱਸਿਆ ਵੀ ਮੈਂ ਕਮਾ ਕੇ ਦੇਖਦਾ ਰਹਾਂ ਅਤੇ ਇਸ ਤਰ੍ਹਾਂ ਬੈਰਿੰਗ ਜ਼ਰੂਰ ਦੇਖ ਲਿਆ ਕਰੋ, ਝੋਨਾ ਸੀਨ ਲੱਗਿਆ ਹੋਊਗਾ ਮਸ਼ੀਨ ਦਾ ਅਤੇ ਆਹ ਬੈਰਿੰਗ ਜ਼ਰੂਰ ਚੈੱਕ ਕੀਤਾ ਕਰੋ, ਕਿਉਂਕਿ ਇਹ ਬਹੁਤ ਸੀਜ਼ਨ ਦੇ ਵਿੱਚ ਖਿਲਾਰ ਪਾਉਂਦੇ ਆ ਇਹ ਚੀਜ਼ਾਂ। ਇਹ ਗਿੜਨੀ ਨਹੀਂ ਦਿੰਦੀ ਸੀ, ਮੈਂ ਗਿੜਦਾ ਰਿਹਾ ਬੜਾ, ਮੈਂ ਉਹ ਵਿੱਚ ਪਾ ਕੇ ਗਿੜਦਾ ਰਿਹਾ। ਹੁਣ ਇਹਦਾ ਮੈਂ ਤਾਂ ਬੈਰਿੰਗ ਵੀ ਟੁੱਟ ਗਿਆ ਹੋਣਾ, ਜਿਹੜਾ ਇਹ ਹਾਲ ਬਣਿਆ ਪਿਆ ਵਾਹ ਹੀ ਕਾਹਦਿਆਂ ਨੇ, ਪਰਾਲੀ ਦਾ ਤਾਂ ਬੈਰਿੰਗ ਬਣਿਆ ਪਿਆ, ਵਾਹ ਹੀ ਕਿੱਧਰ ਆ ਗਿਆ, ਵਾਹ ਵਾਹ ਆ ਗਿਆ, ਤੁਸੀਂ ਛੱਡਿਆ ਹੀ ਨਹੀਂ ਇਹਦੇ, ਇਹਦੀ ਵਾਹ ਹੀ ਕਿਹੜੇ ਪਾ ਗਿਆ, ਤਾਂ ਉੱਧਰ ਹੀ ਪਰਾਲੀ ਤਾਂ ਇੱਧਰ ਹੀ ਪਰਾਲੀ ਘੁੰਮਦਾ ਮਹਾਰਾਜ, ਤਾਂ ਤਾਂ ਕਟਰ ਚੋਕ ਹੋ ਜਾਂਦੇ ਤੇ ਕਹਿੰਦੇ ਸੀ ਮਿੰਟ 'ਚ ਕਟਰ ਚੋਕ ਹੋ ਜਾਂਦਾ ਸੀ, ਚੋਕ ਇਸੇ ਕਾਰਨ ਹੁੰਦਾ ਸੀ, ਉਹ ਘੁੰਮਦਾ ਹੀ ਨਹੀਂ, ਮੈਂ ਰਾੜ ਨਾ ਕੋ ਟਾਮੀ ਪਾ ਕੇ ਘੁੰਮਾਉਂਦਾ ਰਿਹਾ, ਮਹਾਂ ਘੁੰਮਦਾ ਸੀ, ਮੈਂ ਵੀ ਇਹਦਾ ਕੋਈ ਕੋਈ ਨਾ ਕੋਈ ਹਾਲ ਕੰਮ ਬਣਿਆ ਪਿਆ ਜਿਹੜਾ ਇੰਨਾ ਜ਼ੋਰ ਲੱਗੀ ਜਾਂਦਾ ਨਾ। ਅਤੇ ਇੱਥੇ ਪੰਮੇ ਵਰਗੇ ਹੋ ਅਤੇ ਦੂਜੇ ਡਰਾਈਵਰ ਆ ਗਿਆ, ਤਿੰਨਾ ਹੁਣ ਚਲੋ ਵੀ ਚਲੀ ਕਿੱਧਰ ਵੱਢਣ ਜਾਣਾ, ਨਹੀਂ ਥੋੜ੍ਹਾ ਹੁਣ ਬੈਰਿੰਗ ਕੋਈ ਵੇਖਣ ਵਾਲਾ, ਉਤਲੇ ਪਾ ਚੁੱਕਣ ਮਾੜਾ ਆ ਅੰਦਰ ਚੁੱਕਣ, ਉਹਨੂੰ ਬੜੀ ਗੰਦੀ ਪਰਾਲੀ ਹੁੰਦੀ ਆ, ਅੱਧਾ ਮੁਸ਼ਕਾਟ ਹੀ ਮਾਰਦੀ ਰਹਿਣੀ ਇਸ ਜਾਣ 'ਚ, ਅੱਗ ਲੱਗਣ ਦਾ ਲੱਛਣ ਬਣਿਆ ਰਹਿੰਦਾ, ਚੱਕਾਂ ਅੱਗੋਂ ਕਿਵੇਂ ਨਿਕਲ ਜਾਏ ਜੀ, ਪਤਾ ਨਹੀਂ ਕਿੰਨਾ ਗੁੱਛਾ ਬਣਿਆ ਪਿਆ ਕੱਢਿਆ ਉਹ ਕੱਟ, ਚੱਲ ਉਹਦਾ ਹੀ ਵੇਖ ਲਓ ਪਰਲੇ ਦਾ, ਗਿਆਰਾਂ ਕੇ ਚੱਲਦੀ ਉਹ ਹੁੰਦਾ ਬਣਦਾ, ਦੂਜਿਆਂ ਦਾ ਨਹੀਂ ਇੰਨਾ ਬਣਦਾ, ਫੀਡਰ ਫੁੱਟ ਦਾ ਵੀ ਲਾ ਲੈਣਾ ਚਾਹੀਦਾ, ਤੁਸੀਂ ਟੁੱਟ ਟੁੱਟ ਜਾਂਦਾ ਹੁੰਦਾ, ਇਹ ਟੁੱਟਣ ਵਾਲੀ ਚੀਜ਼ਾਂ ਨੇ ਆ ਜਿਹੜੀਆਂ, ਬੈਰਿੰਗ ਦੇ ਤਾਂ ਪੱਲੇ ਕੁਛ ਨਹੀਂ ਛੱਡਣਾ ਇਹਨੇ ਤੇ, ਨਹੀਂ ਨਹੀਂ ਬੈਰਿੰਗ ਗਰਮ ਹੋ ਕੇ ਬਸ ਗਰੀਸ ਤਾਂ ਨਹੀਂ ਜਾਂਦਾ ਨਾ, ਇਹ ਤਾਂ ਪੈਪ ਜੀ ਲੱਗੀ ਉਹ ਤਾਂ ਪਾਣੀ ਇੱਥੇ ਲੱਗੀ, ਬੈਰਿੰਗ ਦਾ ਨਿਕਲਿਆ ਪਿਆ ਤੂੰ ਤੇ ਬੈਰਿੰਗ ਜਾਂ ਵੀ ਆ ਭਣਾ ਹਾਲ ਚ ਹੈ ਨਾ, ਤਾਂ ਤਾਂ ਔਖਾ ਗਿੜਦਾ ਸੀ, ਸੱਤ ਨੰਬਰ ਬੈਰਿੰਗ ਹੈਗੇ ਨੇ ਕੋਈ ਨਵੇਂ, ਖੋਲ ਨਾਟ ਖੋਲ ਫਿਰ ਕਿਉਂ ਪੱਟੀ ਆਉਣਾ, ਨਾਟ ਖੋਲ ਫਿਰ ਪਾ ਲੱਗਣਾ, ਬਰਾਟੀ ਢਿੱਲੀ ਹੋਈ ਨਾ ਫਿਰ ਉਹਨੇ ਲਾਉਣਾ ਮਾੜਾ ਮੋਟਾ, ਪੱਤੇ ਕੱਢ ਲੈ ਬਾਹਰ, ਇਹ ਆ ਜੀ ਜੱਸੀ ਮਸ਼ੀਨ ਦਾ ਕਟਰ, ਆਹ ਹਾਲ ਹੋਇਆ ਵਾ ਬੈਰਿੰਗ ਦਾ, ਬੈਰਿੰਗ ਦੇ ਵਿੱਚ ਆ ਦੇਖ ਲਓ ਮਿੱਟੀ ਬਣੀ ਪਈ ਹੈ ਪਰਾਲੀ ਪੈ ਪੈ ਕੇ, ਅਤੇ ਬੰਦਾ ਸਾਡਾ ਡਰਾਈਵਰਾਂ ਨੇ ਇਵੇਂ ਚਲਾ ਦੇਣੀ ਸੀ ਮਸ਼ੀਨ, ਉਹਨਾਂ ਨੇ ਇਹ ਨਹੀਂ ਵੇਖਣਾ ਪਿਆ ਬੈਰਿੰਗ ਸੁੱਕਾ ਸੀ ਅਜੇ, ਉਹਦਾ ਉਹ ਮਸ਼ੀਨ ਦਾ ਕਟਰ ਨਹੀਂ ਦੇਖਿਆ, ਉਹ ਵੀ ਚੈੱਕ ਕਰਾਂਗੇ ਅਤੇ ਫਿਰ ਇਹਨਾਂ ਨੂੰ ਕਸਾਂਗੇ, ਫਿਰ ਚਾਲੂ ਕਰਾਂਗੇ ਬੇਲ ਬੁੱਟ ਪਾਉਣ ਵਾਲਾ, ਪਿਛਲੇ ਸੀਨ ਆਪਾਂ ਪਾਇਆ ਬੈਰਿੰਗ ਨਵਾਂ ਇਹ ਜੀ, ਆਪਾਂ ਨੂੰ ਹੁਣ ਪਤਾ ਲੱਗਿਆ, ਆਹ ਦੇਖੋ ਜੀ ਆਹ ਪਿਛਲੇ ਸੀਨ ਨਵਾਂ ਪਾਇਆ ਸੀ ਬੈਰਿੰਗ, ਅਤੇ ਇੰਨਾ ਪਰਾਲ ਕੱਢਿਆ ਵਿੱਚੋਂ, ਇੰਨਾ ਪਰਾਲ 'ਚ ਫਸਿਆ ਹੋਊਗਾ ਤਾਂ ਆਪਾਂ ਬੈਰਿੰਗ ਨਾਲ ਦੇਖਾਂਗੇ ਤਾਂ 10 ਸੀਜ਼ਨ 'ਚ ਚੱਲ ਜੂਗੀ ਮਸ਼ੀਨ, ਆਹ ਦੇਖੋ ਕਿੰਨਾ ਮਿੰਟ ਵਿੱਚੋਂ ਨਿਕਲਦਾ ਪਿਆ, ਆਹ ਦੇਖੋ ਆਹ ਹਾਲਾਤ ਹੋਏ ਪਏ ਸੀ, ਅਤੇ ਬਾਕੀ ਹੁਣ ਆਪਾਂ ਇਹਦੀ ਆ ਟੈਮ ਖੋਲ੍ਹ ਕੇ ਵੇਖਣੀ ਹੈ ਵਿੱਚੋਂ ਵੀ ਇਹਦੇ 'ਚ ਕੋਈ ਕੀ ਫਾਲਟ ਫੁਲਟ ਪਿਆ ਹੈ, ਆਹ ਵਾਲੀ ਸ਼ੀਟ ਗਾਂ ਪਛਾ ਹੁੰਦੀ ਸੀ ਬੈਰਿੰਗ ਦੀ, ਹੁਣ ਤੁਹਾਨੂੰ ਦਿਖਾਉਣਾ ਵਿੱਚੋਂ ਟਾਈਮ ਖੋਲ੍ਹ ਕੇ ਵੀ ਇਹਦੇ 'ਚ ਕੀ ਫਾਲਟ ਪੈ ਸਕਦਾ, ਸ਼ੀਸ਼ ਸਾਫਟ ਵੀ ਗਾਂ ਪਛਾ ਬਹੁਤ ਜ਼ਿਆਦਾ ਹੁੰਦੀ ਆ, ਹੁਣ ਇਹਨੇ ਹੁਣ ਤੱਕ ਆਹਦਾ ਗਿਰਦਾ, ਹੁਣ ਤੱਕ ਗੈਰ ਨੂੰ ਥੱਲੇ ਲੱਗਾ, ਉਹ ਪਰਾਲ ਵਿੱਚ ਵੀ ਬਹੁਤ ਬਣਿਆ ਪਿਆ, ਆਹ ਦੇਖੋ ਇਹਦੀ ਆਹ ਛੀ ਢਿੱਲੀ ਆ, ਆਹ ਦੇਖੋ ਇਹਦੇ ਇਹੀ ਲੱਛਣ ਹੁੰਦੇ ਆ ਗਾਂ ਪਛਾ ਛੀ ਟੁਰਦੇ, ਉਹ ਸਿਰੇ ਤਿੱਕਰ ਆ ਵੀ ਇੱਥੋਂ ਲੈ ਕੇ ਅਤੇ ਇੱਥੋਂ ਤੱਕ ਇਹ ਚੀਜ਼ ਢਿੱਲੀ ਆ, ਅਤੇ ਆਪਾਂ ਹੁਣ ਇਹਦੇ 'ਤੇ ਛਾਂਟ ਲਾ ਕੇ ਅਤੇ ਫਿਰ ਠੁੱਕਾਂਗੇ ਇਹਨੂੰ,
बाकी आप होंगे हूँ जी बलेट वाले पासे हूँ आऊगा छोटा बिल्ली तो करूगा आप चलते जी इधर बलेट झंडना ये झंडद हैं तो आपने पुराना रखना आ वाला आ जड़ा तो आ नवा आप झंड देना है। बाकी थानू शार्प दे ब्लेड की पहचान दसदे हाँ कितों तो किमें की जाती है शार्प दे ब्लेड की पहचान ये होंगी है जी इन्हें एक तो डब्बी की लगी होगी वधिया आ देखो तो बाकी विच जिहड़ा लफाफा होगा ये होगा जी पक्का जो होगा मुलायम होगा एक होंगे मुलायम खरवा जा यानी कि पूरा मुलायम नहीं होंगे वह होंगे देसी आ लफाफे की पहचान होंगी है जी इनकी मेन लफाफे तो पता लगता भी ये ओरिजिनल शार्प एक देसी है तो बाकी डब्बी जिहड़े वीर पहचान सकते हैं डब्बी तो पहचान आती है असल पहचान डब्बी की आ शार्प प्लेट की ही पहचान आ होर इन तो कोई अपने वर्गे अनजान बंदे नहीं पता लगता भी ओरिजिनल एक देसी आ।